ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਂ ਯੂਐਸਟੀਵੀ ਮੇਰਾ ਰਾਜਤेंद्र ਸਿੰਘ ਖਹਿਰਾ ਪ੍ਰੋਗਰਾਮ ਹੈ ਪੰਜਾਬ ਅਪਡੇਟ ਪੰਜਾਬ ਦੀ ਗੱਲ ਜਦੋਂ ਕਰਦੇ ਆਂ ਤੇ ਬੜੀਆਂ ਅਪਡੇਟਸ ਨੇ ਪੰਜਾਬ ਤੇ ਆਪਤ ਔਰ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਆ ਉਹ ਮੈਂ ਤੋਂ ਕਰਾਂਗਾ ਕਿ ਨਵੀਂ ਸਰਕਾਰ ਯਾਨੀ ਕਿ ਹੁਣ ਨਵੀਂ ਸਰਕਾਰ ਜਿਹੜੀ ਹੈ ਉਹਨੂੰ ਸਮਾਂ ਵੀ ਕਾਫੀ ਹੋ ਗਿਆ ਕੀ ਕੀ ਜਿਹੜੇ ਸੀ ਟੀਚਾ ਚਾਹੁੰਦੇ ਸੀ ਤੇ ਕਿੜੀਆਂ-ਕੜੀਆਂ ਚੀਜ਼ਾਂ ਤਕਰੀਬ ਤਕਰੀਬਨ ਹੋ ਗਈਆਂ ਨੇ ਜਾਂ ਅਜੇ ਤੱਕ ਵੀ ਨਹੀਂ ਹੋਈਆਂ ਗੱਲ ਕਰਦਾ ਆਂ ਮੈਂ ਭਗਵੰਤ ਮਾਨ ਸਾਹਿਬ ਹੁਣਾਂ ਦੀ सीएम ਸ਼ੇਭਦਿਕਾ ਯਾਨੀ ਕਿ ਉਹ ਪ੍ਰਧਾਨ ਮੁੱਖ ਮੰਤਰੀ ਬਣੇ ਨੇ ਔਰ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕ ਗੱਲ ਜਿਹੜੀ ਹੈ ਪੰਜਾਬ ਦੇ ਦੇ ਲਈ ਉਹ ਹਮੇਸ਼ਾ ਕਹਿੰਦੇ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪਰ ਇਹ ਰੰਗਲਾ ਪੰਜਾਬ ਕਿਵੇਂ ਬਣਾਉਣਾ ਹੈ ਸ਼ਾਇਦ ਇਹਦੀ ਕੋਈ ਰੋਡ ਮੈਪ ਜਿਹੜਾ ਆ ਉਹ ਸਾਨੂੰ ਅਜੇ ਤੱਕ ਨਹੀਂ ਵੇਖਿਆ ਇੱਕ ਬੰਨੇ ਅਸੀਂ ਜਦੋਂ ਕੈਂਪੇਨ ਦੀ ਗੱਲ ਕਰਦੇ ਹਾਂ ਕਾਂਗਰਸ ਦੇ ਵਿੱਚ ਸਿੱਧੂ ਵਰਸਸ ਤੇ ਭਗਵੰਤ ਮਾਨ ਹੋ ਰਹੇ ਸੀਗੇ ਔਰ ਸਿੱਧੂ ਸਾਹਿਬ ਕਹਿ ਰਹੇ ਸੀ ਕਿ ਸਿਰਫ ਮੇਰੇ ਕੋਲ ਹੀ ਪੰਜਾਬ ਦੇ ਲਈ ਰੋਡ ਮੈਪ ਹੈ ਔਰ ਉਹਨਾਂ ਨੇ ਤੇ ਇਥੇ ਤੱਕ ਕਹਿ ਦਿੱਤਾ ਸੀ ਕਿ ਮੈਂ ਸਿਰਫ ਤੇ ਸਿਰਫ ਪੰਜਾਬ ਨੂੰ ਬਚਾਉਣ ਦੇ ਲਈ ਇਹ ਸਾਰੀ جنگ ਲੜ ਰਿਹਾ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਇਹ جنگ ਲੜ ਰਿਹਾ ਔਰ ਜੇਕਰ ਇਸ ਉਹਰ ਪੰਜਾਬ ਦੀ ਜਵਾਨੀ ਨਹੀਂ ਬਚਾ ਸਕੇ ਤਾਂ ਫਿਰ ਮੌਕਾ ਨਹੀਂ ਮਿਲੇਗਾ ਹਾਲਾਂਕਿ ਉਸ ਬਾਅਦ ਉਹ ਸ਼ਾਇਦ ਆਪਣੀ ਨਿੱਜੀ ਰੰਜਿਸ਼ ਦੇ ਵਿੱਚ ਰਹਿ ਕੇ ਪੰਜਾਬ ਕਿਤੇ ਦੂਰ ਦਿਖਸ ਦਾ ਨਜ਼ਰ ਆਇਆ ਔਰ ਮਜੀਠਾ ਹਲਕਾ ਔਰ ਉਸ ਬਾਅਦ ਅਮ੍ਰitsar east ਦੀ ਜੜੀ ਇੱਕ ਜਾਂਗਸਗੀ ਉਸ ਨੂੰ ਲੈ ਕੇ 605 ਬਣਿਆ ਰਿਹਾ ਹਾਲਾਂਕਿ ਅਸੀਂ ਕਹਿੰਦੇ ਆ ਕਿ ਪਰਮਾਤਮਾ ਹਰ ਕਿਸੇ ਦੀ ਇੱਜ਼ਤ ਰੱਖਦਾ ਹੈ ਔਰ ਜਿਹੜੇ ਮੀਡੀਆ ਐਨਾਲਿਸਟ ਸੀ ਕੇ ਪੰਜਾਬ ਦੇ ਜਿਹੜੇ ਤਕੜੇ ਮੀਡੀਆ ਐਨਾਲਿਸਟ ਸੀ ਉਹਨਾਂ ਨੇ ਵੀ ਇਹੀ ਲਿਖਿਆ ਕਿ ਸ਼ਾਇਦ ਇਹਨਾਂ ਦੋਹਾਂ ਦੇ ਵਿੱਚੋਂ ਕੋਈ ਇੱਕ ਵੀ ਜਿੱਤੇਗਾ ਤੇ ਕਿਸੇ ਦੂਸਰੇ ਦਾ ਪੋਲਿਟੀਕਲ ਕੈਰੀਅਰ ਖਤਮ ਹੋ ਜਾਣਾ ਸੀਗਾ ਸੋ ਉਹਨਾਂ ਦੇ ਵਿੱਚੋਂ ਕੋਈ ਨਹੀਂ ਜਿੱਤੇ ਆ ਫਿਲਹਾਲ ਮੈਂ ਦੁਬਾਰਾ ਆਪਣੇ ਟੌਪਿਕ ਤੇ ਆਉਣਾ ਆਪ ਸੀਐਮ ਪਕਵੰਤ ਮਾਨ ਆ ਹੈਲਥ ਨੂੰ ਲੈ ਕੇ ਕੀ ਆ ਰਿਹਾ ਸੀ ਕਿ ਹੈਲਥ ਨੂੰ ਲੈ ਕੇ ਅਸੀਂ ਮੁਹੱਲਾ ਕਲੀਨਿਕ ਕੋਲਾਂਗੇ ਹਾਲਾਂਕਿ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਹੋ ਗਈ ਹੈ ਇਸ ਵਾਰ 15 ਅਗਸਤ ਦੇ ਪਰ ਹੱਟੇ ਵੀ ਫਾਸਟ ਪੇਸ ਰੈਪ ਦੇ ਉੱਤੇ ਜਿਹੜਾ ਜਿੰਨੇ ਚਾਹੀਦੇ ਨੇ ਉਹਨੇ ਨਹੀਂ ਨਿਗੇ ਔਰ ਮੈਂ ਕਮਾਂਗਾ ਕਿ ਬਹੁਤ ਘਟਨੇ ਹਲੇ ਕਿਉਂਕਿ ਤਕਰੀਬਨ ਤਕਰੀਬਨ 300 ਤੋਂ 400 ਜਿਹੜੇ ਮੁਹੱਲਾ ਕਲੀਨਿਕ ਨਵੇਂ ਪੰਜਾਬ ਦੇ ਵਿੱਚ ਲੁੜੀਂਦੇ ਨੇ ਜੇਕਰ ਅਸੀਂ ਹਰ ਦਿੱਲੀ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਕਿ ਦਿੱਲੀ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਹੈਲਥ ਜਿਹੜਾ ਹੈ ਉਸ ਨੂੰ ਅੱਗੇ ਲੈ ਕੇ ਆਉਣਾ ਹੈ ਪਰ ਚਲੋ ਹੌਲੀ ਹੌਲੀ ਸਹੀਂ ਪਰ ਆ ਜਾਏਗਾ ਪਰੀ ਕਿੰਨੀ ਹੋਲੀ ਹੈ ਕਿਉਂਕਿ ਸਾਲ ਦੇ 6 ਮਹੀਨਿਆਂ ਦੇ ਵਿੱਚ 100 ਮਿਲੇ ਆ ਤੇ ਅਗਲੇ 6 ਮਹੀਨਿਆਂ ਦੇ ਵਿੱਚ 100 ਮਿਲਣਗੇ ਤਾਂ ਤਦਵੀ ਇਸ ਨੂੰ ਜਿਹੜਾ ਹੈ ਫਾਸਟ ਪੇਸ ਤੇ ਕਰਨਾ ਪਵੇਗਾ ਕਿਉਂਕਿ ਹੈਲਥ ਜਿਹੜੀ ਪੰਜਾਬ ਦੇ ਵਿੱਚ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਲਾਂਕਿ ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਤੇ ਬੜੇ ਸਾਰੇ ਜਿਹੜੇ ਓਪੋਜੀਸ਼ਨ ਦੇ ਵਿੱਚ ਬੈਠੇ ਲੋਕ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਉਹਨਾਂ ਦੇ ਸੁਖਵੀਰ ਬਾਦਲ ਹੋਣ ਮਜੀਠੀਆ ਸੀ ਹੋਣ ਜਾਂ ਫਿਰ ਕੈਪਟਨ ਅਮਰਿੰਦਰ ਹੋਣੀ ਜਾਂ ਉਹਨਾਂ ਦੇ ਸਪੋਕਸਪਰਸਨ ਹੋਣ ਪੰਜਾਬ ਲੋਕ ਕਾਂਗਰਸ ਦੀ ਗੱਲ ਕਰ ਰਹੇ ਹਾਂ ਉਹ ਇਹ ਕਹਿੰਦੇ ਸੀ ਕਿ ਦਿੱਲੀ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਮਿਊਸਪਲ ਕਾਰਪੋਰੇਸ਼ਨ ਵਰਗੀ ਹੈ ਔਰ ਪੰਜਾਬ ਜਿਹੜਾ ਹੈ ਜਿੱਥੇ ਕਿ ਬੜੀ ਵੱਡੀ ਪੋਪੂਲੇਸ਼ਨ ਹੈ ਔਰ ਪੰਜਾਬ ਦੇ ਕੋਲੇ ਜਿਹੜੇ ਚੈਲੰਜਸ ਬੜੇ ਨੇ ਇੱਕ ਪੰਜਾਬ ਦੇ ਵਿੱਚ ਇਹ ਹੈ ਕਿ ਇਸ ਸਰਹੱਦਾਂ ਨੂੰ ਲੱਗਦੀ ਹੈ ਸਟੇਟ ਐ ਪਾਕਿਸਤਾਨ ਤੋਂ ਥ੍ਰੈਟ ਰਹਿੰਦਾ ਆ ਔਰ ਦੂਸਰੇ ਬੰਨੇ ਜਿਹੜੀ ਗੱਲ ਇਹ ਸੀ ਕਿ ਪੰਜਾਬ ਜਿਹੜਾ ਆ ਉਹ ਕਰਜ਼ੇ ਦੇ ਥੱਲੇ ਦਬਿਆ ਹੋਇਆ ਹੈ ਤਕਰੀਬਨ ਜਿੰਨੀ ਸਾਡੀ ਪੋਪੂਲੇਸ਼ਨ ਹੈ ਉਸ ਤੋਂ ਦੁੱਗਣਾ ਪੰਜਾਬ ਦੇ ਉੱਤੇ ਕਰਜ਼ਾ ਜਿਹੜਾ ਹੈ ਉਹ ਉੱਚਾ ਚੜਦਾ ਜਾ ਰਿਹਾ ਔਰ ਪਿੱਛੇ ਜਿਹੀ ਦੇ ਵੀ ਦੇਖਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਥੋੜੇ ਦਿਨ ਪਹਿਲਾਂ ਜਿਹੜਾ ਹੈ ਇਹ ਐਡਾ ਸੰਕਟ ਆ ਗਿਆ ਸੀ ਕਿ ਜਿਹੜੀਆਂ ਤਨਖਾਹਾਂ ਨੇ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ ਸੀਗੀਆਂ ਹੁਣ ਤਨਖਾਹਾਂ ਦੇ ਲਈ ਤੇ 34 ਸੋ ਜਿਹੜਾ ਹੈ 3400 ਕਰੋੜ ਰੁਪਏ ਜਿਹੜਾ ਉਹ ਜਾਰੀ ਕਰ ਦਿੱਤਾ ਪਰ ਉਹ ਵੀ ਕਿਤੇ ਨਾ ਕਿਤੇ ਕਿਸੇ ਪੱਖੋਂ ਲੈ ਕੇ ਉਧਾਰਾ ਜਿਹੜਾ ਉਹ ਦਿੱਤਾ ਗਿਆ ਹਾਲਾਂਕਿ ਇਹ ਪਹਿਲੀ ਸਰਕਾਰ ਨਹੀਂ ਹੈ ਜਦੋਂ ਜਿਹੜੀਆਂ ਤਨਖਾਹਾਂ ਦੇ ਵਿੱਚ ਦੇਰੀ ਹੋਈ ਹੈ ਉਸ ਤੋਂ ਪਹਿਲਾਂ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਤਿੰਨ ਤਿੰਨ ਮਹੀਨੇ ਵੀ ਕਈ ਕਈ ਡਿਪਾਰਟਮੈਂਟਸ ਨੇ ਜਿੱਥੇ ਤਨਖਾਹਾਂ ਰੁਕੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਵੀ ਜਦੋਂ ਅਖੀਰ 'ਚ ਤੇ ਆਏ ਤੇ ਉਦੋਂ ਅਜਿਹਾ ਕੁਝ ਹੋਇਆ ਸੋ ਇਹ ਇਸ ਕਰਕੇ ਕਿ ਪੰਜਾਬ ਦੀ ਜਿਹੜੀ ਮਾਲੀ ਹਾਲਤ ਹੈ ਉਹ ਸਹੀ ਨਹੀਂ ਹੈ ਹੁਣ ਮੈਂ ਗੱਲ ਕਰਦਾ ਸੀਐਮ ਭਗਵੰਤ ਮਾਨ ਹੋਣਾਂ ਦੇ ਦੇਖਾਏ ਹੋਏ ਸੁਪਨਿਆਂ ਦੇ ਉੱਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਮਾਲੀ ਵਰੇ ਦੇ ਵਿੱਚ ਪ੍ਰੋਫਿਟ ਦੇਵਾਂਗੇ ਇਹ ਨਹੀਂ ਕਿ ਕਰਜ਼ਾ ਤਾਂ ਮੁਕਤ ਕਰਾਂਗੇ ਕਰਾਂਗੇ ਪਰ ਅਸੀਂ ਸਰਪਲਸ ਜਿਹੜੀ ਇਕਨੋਮੀ ਬਣਾਵਾਂਗੇ ਪਰ ਕਿਤੇ ਲੱਗ ਨਹੀਂ ਰਿਹਾ ਇਕਨੋਮਿਸਟ ਕਹਿੰਦੇ ਨੇ ਕਿ ਸਰਪਲਸ ਉਦੋਂ ਬਣਦੀ ਹੈ ਜਦੋਂ ਸਾਡੇ ਕੋਲੇ ਸਾਧਨ ਬਹੁਤ ਹੁੰਦੇ ਨੇ ਪੰਜਾਬ ਦੇ ਵਿੱਚ ਨੋ ਡਾਊਟ ਸਾਧਨ ਬਹੁਤ ਨੇ ਪਰ ਉਹਨਾਂ ਦੀ ਮਾਰਕੀਟਿੰਗ ਨੂੰ ਲੈ ਕੇ ਜਾਂ ਮੈਂ ਕਹਾਂ ਜੇਕਰ ਅਸੀਂ ਖੇਤੀ ਪ੍ਰਧਾਨ ਸਟੇਟਾਂ ਪਰ ਉਦੀ ਮਾਰਕੀਟ ਮਾਰਕੀਟਿੰਗ ਨੂੰ ਲੈ ਕੇ ਹਜੇ ਵੀ ਅਸੀਂ ਪਛੜੇ ਹੋਏ ਹਾਂ ਔਰ ਮਾਰਕੀਟ ਦੇ ਵਿੱਚ ਮਿਡਲਮੈਨ ਔਰ ਬਹੁਤ ਸਾਰੀਆਂ ਹੋਰ ਏਜੰਸੀਆਂ ਆ ਕੇ ਜਿਹੜਾ ਹੈ ਇਸ ਪੂਰੇ ਮਾਰਕੀਟ ਦੇ ਤਾਣੇ ਬਾਣੇ ਨੂੰ ਖਰਾਬ ਕਰਦੀਆਂ ਨਜ਼ਰ ਆਉਂਦੀਆਂ ਨੇ ਸੋ ਸਰਪਲਸ ਮਾਰਕੀਟ ਜਿਹੜੀ ਹੋਣੀ ਸੀ ਸਰਪਲਸ ਇਕਨੋਮੀ ਹੋਣੀ ਸੀਗੀ ਉਹ ਪਹਿਲੀ ਤੇ ਉਹ ਕਹਿੰਦੇ ਸੀਗੇ ਕਿ ਅਸੀਂ ਜਿਹੜਾ ਖਨਨ ਮਾਫੀਆ ਹੈ ਉਸ ਤੋਂ ਕਰ ਲਾਂਗੇ ਪਰ ਕਿਤੇ ਨਾ ਕਿਤੇ ਉਸ ਤੋਂ ਵੀ ਨਜ਼ਰ ਨਹੀਂ ਆਉਂਦੀ ਫਿਰ ਉਹਨਾਂ ਦੀ ਲਿੱਕਰ ਪਾਲਿਸੀ ਯਾਨੀ ਕਿ ਸ਼ਰਾਬ ਪਾਲਿਸੀ ਨੂੰ ਲੈ ਕੇ ਉਹ ਕਹਿੰਦੇ ਸੀ ਕਿ ਅਸੀਂ ਉਹਦੇ ਤੋਂ ਬੜਾ ਪੈਸਾ ਕਮਾਵਾਂਗੇ ਕਿਉਂਕਿ ਅ ਅਕਰਨਾਟਕਾ ਇਦਾਂ ਕਰ ਰਿਹਾ ਫਲਾਨੀ ਸਟੇਟੇ ਦਾ ਕਰ ਰਹੀ ਹੈ ਪਰ ਉਸ ਤੋਂ ਵੀ ਨਜ਼ਰ ਨਹੀਂ ਆ ਰਿਹਾ ਔਰ ਇਸਤੇ ਮੈਂ ਕਹਾਂਗਾ ਕਿ ਹੱਲੇ ਤੱਕ ਗਵਰਨਮੈਂਟ ਫੇਲ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਚਲੋ ਉਮੀਦ ਕਾਇਮ ਹੈ ਕਿਉਂਕਿ ਕਹਿੰਦੇ ਨੇ ਕਿ ਜੇ ਮਨ ਚਾਇਆ ਤਾਂ ਫਿਰ ਕੰਮ ਵੀ ਹੋ ਜਾਂਦਾ ਹੈ ਇਹ ਵੀ ਲੱਗਦਾ ਹੈ ਕਿ ਹੁਣ ਜਿਹੜੀਆਂ ਇੱਕ ਲਾਂਚ ਪੈਂਡ ਬਣਾ ਲਿਆ ਪੰਜਾਬ ਨੂੰ ਔਰ ਪੰਜਾਬ ਦੇ ਜਿਹੜੀਆਂ ਗਵਾਂਡੀ ਸਟੇਟਸ ਨੇ ਜ ਜਨੂੰ ਅਸੀਂ ਹਰਿਆਣਾ ਕਹਿ ਲੀਏ ਜਾਂ ਬਾਜਲ ਕਹਿ ਲੀ ਕਿਉਂਕਿ ਉਹਨਾਂ ਦੇ ਉੱਤੇ ਇਲੈਕਸ਼ਨ ਜੜੇ ਨੇ ਉਹ ਰਾਉਂਡ ਦਾ ਗਾਰਨਰ ਨੇ ਬਹੁਤ ਨੇੜੇ ਨੇ ਇਲੈਕਸ਼ਨ ਇਸ ਕਰਕੇ ਪੂਰਾ ਜ਼ੋਰ ਜਿਹੜਾ ਹੈ ਉਧਰ ਲਾ ਦਿੱਤਾ ਕੱਲ ਵੀ ਇਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਸੀ ਹਰਿਆਣਾ ਦੇ ਵਿੱਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਜਿਹੜੇ ਕਿ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਔਰ ਅੱਜ ਵੀ ਤਰੰਗਾ ਯਾਤਰਾ ਹੈ ਔਰ ਭਗਵੰਤ ਮਾਨ ਸਾਹਿਬ ਉਥੇ ਪਹੁੰਚੇ ਹੋਏ ਨੇ ਸੋ ਇੱਕ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਇਸ ਕਰਕੇ ਵੀ ਥੋੜਾ ਕਹਿ ਲਿਆ ਕਿ ਧਿਆਨ ਖੜਦ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਨੂੰ ਲਾਂਚ ਪੈਡ ਬੰਦ ਉਹ ਵਰਤਨਾ ਹੈ ਔਰ ਪੰਜਾਬ ਨੂੰ ਇਸ ਲਾਂਚ ਪੈਡ ਨੂੰ ਟ੍ਰਿਗਰ ਕਰਨ ਦੇ ਲਈ ਉਹ ਅੱਜ ਕੱਲ ਹਰਿਆਣਾ ਬੈਠੇ ਨੇ ਔਰ ਥੋੜੇ ਦਿਨ ਪਹਿਲਾਂ ਹਿਮਾਚਲ ਦੇ ਵਿੱਚ ਸੀਗੇ ਸੋ ਇਹ ਔਣਤਾਈਆਂ ਜਿਹੜੀਆਂ ਨੇ ਹੁਣ ਤੱਕ ਨਜ਼ਰ ਆਈਆਂ ਹੁਣ ਮੈਂ ਗੱਲ ਕਰਦਾ ਅੱਜ ਇੱਕ ਲੇਟੈਸਟ ਖਬਰ ਆਈ ਹੈ ਕਿ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਜਿਹੜਾ ਸਰਕਾਰੀ ਜਿਹੜਾ ਉੱਥੇ ਦਾ ਪ੍ਰੀਮਿਸਿਸ ਨੇ ਉਥੇ মিডিਆ ਦੀ ਐਂਟਰੀ ਨੂੰ ਬੈਨ ਕਰ ਦਿੱਤਾ ਗਿਆ ਯਾਨੀ ਕਿ ਉਥੇ ਬੋਰਡ ਇਦਾਂ ਦੇ ਲਗਾ ਦਿੱਤੇ ਆ ਕਿ মিডিਆ ਦੀ ਐਂਟਰੀ ਬੈਨ ਹੈ ਸੋ ਜਦੋਂ ਇਸ ਬਾਬਤ ਸਿਵਲ ਹਸਪੀਟਲ ਪਹੁੰਚੀ ਆ মিডিਆ ਸਿਵਲ ਸਰਜਨ ਜੀ ਨਾਲ ਗੱਲ ਕੀਤੀ ਆ ਤਾਂ ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ ਮੈਂ ਇਸ ਤੋਂ ਬੇਖਬਰ ਆ ਪਰ ਜੇ ਬੇਖਬਰ ਹੈ ਤਾਂ ਫਿਰ ਸਾਈਨ ਬੋਰਡ ਵੀ ਬਣਾ ਦਿੱਤੇ ਉਥੇ ਪ੍ਰੋਪਰ ਗ੍ਰੀਨ ਕਲਰ ਦੇ ਵਿੱਚ ਸਾਈਨ ਬੋਰਡ ਲੱਗੇ ਹੋਏ ਨੇ ਤਾਂ ਉਹ ਫਿਰ ਕਿਸ ਨੇ ਲਾ ਦਿੱਤੇ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਹੁਣ ਮੈਂ ਗੱਲ ਕਰਦਾ ਆ ਸੀਐਮ ਭਗਵੰਤ ਮਾਨ ਦੀ ਕੰਸਟੀਟੂਐਂਸੀ ਧੁਰੀ ਦੇ ਵਿੱਚ ਵਾਕਈ ਕਾਂਗਰਸੀ ਕਾਂਗਰਸੀ ਉੱਥੇ ਕੈਂਡੀਡੇਟ ਸੀਗਾ ਗੋਲਡੀ ਦਲਵੀਰ ਗੋਲਡੀ ਉਹਨਾਂ ਨੂੰ ਹਰਾ ਕੇ ਜਿਹੜਾ ਹੈ ਇਹ ਅੱਗੇ ਆਇਆ ਪਰ ਅੱਜ ਕੱਲ੍ਹ ਉੱਥੋਂ ਉੜਦੀਆਂ ਉੜਦੀਆਂ ਖਬਰਾਂ ਆ ਰਹੀਆਂ ਕਿਉਂਕਿ ਜਦੋਂ ਤੁਸੀਂ ਮੀਡੀਆ ਦੀ ਗੱਲ ਕਰਦੇ ਆ ਤੁਸੀਂ ਚੌਥਾ ਸਤੰਭ ਕਹਿੰਦੇ ਆ ਲੋਕਤੰਤਰ ਦਾ ਔਰ ਜਦੋਂ ਤੁਸੀਂ ਅੱਜ ਕੱਲ੍ਹ ਇਹ ਹੋ ਰਿਹਾ ਹੈ ਅਸੀਂ ਕਨਵੀਨੀਅੰਟ ਜਰਨਲਿਜ਼ਮ ਹੈ ਬਹੁਤ ਵਾਰ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਕਨਵੀਨੀਅੰਟ ਜਰਨਲਿਜ਼ਮ ਦੇ ਉੱਤੇ ਆ ਗਏ ਆ ਔਰ ਇਹ ਕਨਵੀਨੀਅੰਟ ਜਰਨਲਿਜ਼ਮ ਸਾਨੂੰ ਕਿੱਥੇ ਲੈ ਕੇ ਆ ਕੇ ਖੜੋਤੀ ਹੈ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਭ ਕੁਝ ਪ੍ਰੀ ਫਿਕਸ ਪਹਿਲਾ ਹੀ ਸੈੱਟ ਕੀਤਾ ਜਾਂਦਾ ਤੁਹਾਨੂੰ ਆਜ਼ਾਦ ਮੈਂ ਕਰਾ ਦਵਾਂ ਕਿ ਕੇਜਰੀਵਾਲ ਸਾਹਿਬ ਉਹਨਾਂ ਨੇ ਲੋਕ ਲੋਕਾਂ ਦੇ ਨਾਲ ਇੰਟਰੈਕਸ਼ਨ ਕਰਨ ਦੇ ਲਈ ਵੱਖ-ਵੱਖ ਮੀਡੀਆ ਹਾਊਸਸ ਦੇ ਵਿੱਚ ਮੋਹਾਲੀ ਦੇ ਵਿੱਚ ਕੰਬੇਦਗਰ ਹਾਲ ਹੈ ਉੱਥੇ ਵੀ ਇਹਨਾਂ ਨੇ ਕੀਤਾ ਪਰ ਉੱਥੇ ਚੁਣਿੰਦੇ ਲੋਕਾਂ ਨੂੰ ਸੱਤਿਆ ਗਿਆ ਜਿਹੜੇ ਉਸ ਚੈਨਲ ਦੀ ਆਈਡੀਓਲੋਜੀ ਦੇ ਨਾਲ ਮਤਲਬ ਰੱਖਦੇ ਸੀਗੇ ਉਹ ਲੋਕ ਸਵਾਲ ਪੁੱਛ ਸਕਦੇ ਸੀ ਵਾਕਿਆਨ ਨੂੰ ਸਵਾਲ ਵੀ ਨਹੀਂ ਪੁੱਛਣ ਦਿੱਤੇ ਗਏ ਤਾਂ ਤੁਸੀਂ ਇਹ ਹਿਸਾਬ ਲਾ ਸਕਦੇ ਹੋ ਕਿ ਕਿੱਥੇ ਜਿਹੜਾ ਹੈ ਮੀਡੀਆ ਖੜਾਇਆ ਫਿਲਹਾਲ ਚਲੋ ਇਹ ਗੱਲ ਨਹੀਂ ਹੈ ਮੈਂ ਗੱਲ ਕੋਈ ਹੋਰ ਕਰ ਰਿਹਾ ਸੀ ਕਿ ਇੱਕ ਖਬਰ ਜਿਹੜੀ ਉੜਦੂ ਉੜਦੀ ਆਇਆ ਕਿ CID ਦੇ ذریعے ਜਿਹੜਾ ਹੈ ਧੂਰੀ ਖੇਤਰ ਤੇ ਜਿਹੜੇ ਜਰਨਲਿਸਟ ਨੇ ਉਹਨਾਂ ਦੇ ਮੋਬਾਈਲ ਉਹਨਾਂ ਦੇ ਰਿਕਾਰਡ ਜਿਹੜੇ ਨੇ ਉਹ ਲੈ ਜਾ ਰਹੇ ਨੇ ਔਰ ਨੈਵ ਨੋ ਕਿ ਕਿਹੜਾ ਪ੍ਰੋਪਾਗੈਂਡਾ ਜਿਹੜਾ ਹੈ ਆਮ ਆਦਮੀ ਪਾਰਟੀ ਸੈੱਟ ਕਰ ਜਾ ਰਹੀ ਹੈ ਕਿਉਂਕਿ ਕੀ ਆ ਜਾ ਰਿਹਾ ਹੈ ਕਿ ਇਹਨਾਂ ਦੇ ਬੈਕਐਂਡ ਦੇ ਉੱਤੇ ਇੱਕ ਜਿਹੜੀ ਟੀਮ ਕੰਮ ਕਰ ਰਹੀ ਆ ਉਹਦੇ ਵਿੱਚ ਵੱਡਾ ਨਾਮ ਜਿਹੜਾ ਹੈ ਰਾਗਵ ਚੱਟੜਾ ਦਾ ਆ ਔਰ ਰਾਗਵ ਚੱਟੜਾ ਅਜੇ ਤੁਰਹੰਤਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਬਹੁਤ ਕੁਝ ਜਿਹੜਾ ਆ ਉਹ ਇਕੱਟਿਆ ਹੈ ਤੇ ਬਹੁਤ ਕੁਝ ਕੀਤਾ ਹੈ ਸੋ ਆਲ ਐਨ ਆਲ ਇਸ ਪਿਕਚਰ ਦਾ ਹੀਰੋ ਜੜਾ ਬੈਕ ਐਂਡ ਹੀਰੋ ਜਿਵੇਂ ਅਸੀਂ ਪ੍ਰੋਡਿਊਸਰ ਨਿਰਦੇਸ਼ਨ ਕਹਿੰਦੇ ਆ ਕਹਿੰਦੇ ਜੀ ਕਿ ਇਸ ਟਾਈਮ ਰਾਗਵ ਚੱਡਾ ਤੇ ਜਾਂ ਫਿਰ ਅਰਵਿੰਦ ਕੇਜ ਰਿਵਾਲ ਨੇ oppositon ਤੇ ਵੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਜਾਂ ਰਾਗਵ ਚੱਡਾ ਹੀ ਸਰਕਾਰ ਨੂੰ ਚਲਾ ਰਹੇ ਨੇ ਔਰ ਸਰਕਾਰ ਜਿਹੜੀ ਹੈ ਸਿਰਫ ਤੇ ਸਿਰਫ ਨਾਤੇ ਚੱਲ ਰਹੀ ਹੈ ਸੋ ਬੜੀਆਂ ਉਮੀਦਾਂ ਨੇ ਮਾਨ ਸਾਹਿਬ ਪਰ ਤੁਸੀਂ ਸ਼ਾਇਦ ਚਲੋ ਉਮੀਦਾਂ ਸਾਡੀਆਂ ਪੂਰੀਆਂ ਕਰੋਗੇ ਹੌਲੇ ਹੌਲੇ ਇਸਾਂ ਨੂੰ ਉਮੀਦ ਹੈ ਬਹੁਤ ਸਾਰੇ ਚੰਗੇ ਕੰਮ ਵੀ ਹੋਏ ਨੇ ਕਿਉਂਕਿ ਹੁਣੇ ਜੇ ਅਸੀਂ ਦੇਖਿਆ ਖੇਡਾ ਵਤਨ ਪੰਜਾਬ ਦੀਆਂ ਹੋਈਆਂ ਨੇ ਚੱਲ ਵੀ ਰਹੀਆਂ ਨੇ ਹੱਲੇ ਇਦਾਂ ਤੇ ਜਦੋਂ ਮੈਂ ਕਹਿੰਨਾ ਕਿ ਢੋਟਵਾਸ ਲੱਗਦੇ ਨੇ ਆਸਰੇ ਮਿਲਦੇ ਨੇ ਇਹਨਾਂ ਤਾਂ ਫਿਰ ਸਾਡੀ ਜਿਹੜੀ ਜਵਾਨੀ ਹੈ ਉਸ ਨੂੰ ਵੀ ਅਸੀਂ ਚੰਗੇ ਰਾਹੇ ਪਹਿਲਾਂਗੇ ਨਾ ਕਿ ਪਤਾਹੇ ਪਾਵਾਂਗੇ ਸੋ ਇੱਕ ਚੰਗਾ ਐਫਰਟ ਹੈ ਔਰ ਨੌਕਰੀਆਂ ਦੀ ਵੀ ਗੱਲ ਕੀਤੀ ਉਹਨਾਂ ਨੇ ਇਸ ਵਾਰ ਜਦੋਂ ਮੈਂ ਤਨਖਾਹਾਂ ਦੀ ਗੱਲ ਕਰਦਾ ਸੀ ਇੱਕ ਗੱਲ ਕਹਿਣਾ ਭੁੱਲ ਗਿਆ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਇਸ ਵਾਰ ਅਸੀਂ ਬੜੀਆਂ ਨਵੀਆਂ ਭਰਤੀਆਂ ਕੀਤੀਆਂ ਹਾਲਾਂਕਿ 31000 ਭਰਤੀਆਂ ਨੇ ਉਹ ਵੀ ਸ਼ੋਰ ਨਹੀਂ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਆ ਕਹਿੰਦੇ ਇਸ ਕਰਕੇ ਉਹ ਕਾਊਂਟਸ ਅਪਡੇਟ ਕਰਨ ਨੂੰ ਕਿਉਂਕਿ ਇਹ ਬਹਾਨਾ ਸੀਗਾ ਕਿਉਂਕਿ ਸੈਲਰੀਆਂ ਤੇ ਇਸ ਕਰਕੇ ਆ ਕਿਉਂਕਿ ਅਕਾਊਂਟਸ ਜਿਹੜੇ ਨੇ ਉਹ ਡਾਵਾਡੋਲ ਹੋਏ ਨੇ ਅੱਛਾ ਫਿਲਹਾਲ ਹੁਣ ਦੂਸਰੇ ਟੌਪਿਕ ਤੇ ਆ ਰਹੇ ਆ ਪੰਜਾਬ ਅਪਡੇਟ ਦੇ ਵਿੱਚ ਦੂਸਰਾ ਟੌਪਿਕ ਕੋਟ ਕਪੂਰਾ ਗੋਲੀਕਾਂਡ ਸੁਖਵੀਰ ਬਾਦਲ ਨੂੰ ਸੰਭਣ ਇਸ ਹਫ਼ਤੇ ਪਹੁੰਚੇ ਸੀਗੇ ਕਹਿੰਦਾ ਤੇ ਇਸ ਤੇ ਕਾਸ਼ਮਕਸ਼ ਚੱਲਦੀ ਰਹੀ ਕਿ ਕਿ ਉਹਨਾਂ ਨੂੰ ਆਏ ਨਹੀਂ ਕਿਉਂਕਿ ਦੁਬਈ ਤੋਂ ਆਏ ਸੀ ਕਿ ਉਹ ਕਹਿੰਦੇ ਜੀ ਮੈਨੂੰ ਆਏ ਨਹੀਂ ਫਿਰ ਜਦੋਂ ਮਿਲਗੇ ਤੇ ਉਹ ਕਹਿੰਦੇ ਜੀ ਇੰਦਾ ਦੇ ਸੰਮਣ ਤੇ ਕਈਆਂ ਨੂੰ ਆਉਂਦੇ ਰਹਦੇ ਨੇ ਫਿਰ ਹਾਲ ਉੜਦੀਆਂ ਉੜਦੀਆਂ ਅਫਵਾਹਾਂ ਵਾਲੀ ਖਬਰ ਜਿਹੜੀ ਪੰਜਾਬ ਅਪਡੇਟ ਨਾਲੋਂ ਦੇ ਰਿਹਾ ਆ ਉਹ ਇਹ ਗੱਲ ਹੈ ਕਹਿੰਦੇ ਕਿ ਸੁਖਬੀਰ ਬਾਦਲ ਹੁਣੀ ਵੀ ਫਰੈਸ਼ਰ ਪਾ ਰਹੇ ਨੇ ਔਰ ਅਫਸਰशाही ਜਿਹੜੀ ਹੈ ਪੰਜਾਬ ਦੀ ਕਸ਼ਮ ਕਾਸ਼ਰ ਦੇ ਵਿੱਚ ਹੈ ਕਿਉਂਕਿ ਜੇ ਦੇਖੋ ਜਾਵੇ ਤੇ ਹੋਲਡ ਬਹੁਤ ਹੈ ਸੁਖਬੀਰ ਬਾਦਲ ਹੋਣਾਂ ਦਾ ਔਰ ਇੱਥੇ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇੱਕ ਸਭ ਤੋਂ ਵੱਡੀ ਝੜੀ ਟਰਾਈ ਉਹ ਸੁਨੀਲ ਜਾਖੜ ਹੋਵੇ ਪ੍ਰਤਾਪ ਬਾਜਪਾ ਹੋਵੇ ਕੈਪਟਨ ਅਮਰੰਦਰ ਹੁਣੀ ਹੋਣ ਜਿਹੜੇ ਕਿ ਪਹਿਲਾਂ ਸ਼ਾਸਨ ਕਰ ਚੁੱਕੇ ਨੇ ਰਾਜ ਕਰ ਚੁੱਕੇ ਨੇ ਪੰਜਾਬ ਦੇ ਉੱਤੇ ਪੋਲਿਟੀਕਲ ਰਾਜੇ ਰਹੇ ਨੇ ਉਹ ਇਹ ਕਹਿੰਦੇ ਨੇ ਕਿ ਰੈਡ ਟੈਪਿਜ਼ਮ ਜਿਹੜੀ ਆ ਪੰਜਾਬ ਦੇ ਉੱਤੇ ਬਹੁਤ ਹਾਵੀ ਹੈ ਸੋ ਜੇ ਰੈਡ ਟੈਪਿਜ਼ਮ ਦੀ ਗੱਲ ਕਰੀਏ ਤੇ ਸੁਖਬੀਰ ਬਾਦਲ ਦੀ ਉਹਨਾਂ ਨਾਲ ਕਿਤੇ ਨਾ ਕਿਤੇ ਸਾਂਝ ਗੱਠ ਹੋ ਸਕਦੀ ਹੈ ਸੋ ਇਸ ਨੂੰ ਲੈ ਕੇ ਵੀ ਕਿਆਸੇ ਲਾਏ ਜਾ ਰਹੇ ਨੇ ਉਹ ਆਪਣੇ ਪੱਧਰ ਵਿੱਚ ਵੱਡੀ ਖਬਰ ਹੈ ਵੈਸੇ ਜੇ ਕੋਰਟ ਪੂਰਾ ਪੂਰੇ ਕੇਸ ਦੀ ਗੱਲ ਕੀਤੀ ਜਾਵੇ ਦਾ ਕੋਟਿਕਾ ਪੂਰਾ ਗੋਲੀ ਕਾਂਡ ਉਸ ਸਮੇਂ ਸੁਖਬੀਰ ਬਾਦਲ ਮੇਨ ਕੜੀ ਸੀ ਕਿਉਂਕਿ ਉਹਨਾਂ ਦੀ ਸਰਕਾਰ ਸੀਗੀ ਔਰ ਇਸ ਇਹਨਾਂ ਦੇ ਕੋਲ ਹੋਮ ਮਿਨਿਸਟਰੀ ਸੀਗੀ ਔਰ ਦੂਸਰੇ ਵੱਜੇ ਸੁਮੇਸ਼ ਸੈਣੀ ਉਹ ਡੀਜੀਪੀ ਸੀਗੇ ਫਿਰ ਕਿਸੇ ਨੇ ਤਾਂ ਇਹ ਜਿਹੜਾ ਗੋਲੀ ਦਾ ਕਹਿ ਲੀਏ ਕਿ ਆਰਡਰ ਦਿੱਤਾ ਹੈ ਬਿਨਾ ਆਰਡਰ ਤੋਂ ਗੋਲੀ ਨਹੀਂ ਚੱਲੀ ਜੇ ਬਿਨਾ ਆਰਡਰ ਤੋਂ ਚੱਲੀ ਹੈ ਤਾਂ ਫਿਰ ਹੁਣ ਤੱਕ ਇਨਕੁਆਇਰੀ ਦੇ ਵਿੱਚ ਕਲੀਅਰ ਕੱਟ ਕਿਉਂ ਨਹੀਂ ਨਜ਼ਰ ਆ ਰਿਹਾ ਫਿਲਹਾਲ ਜੇ ਮੈਂ ਹੁਣ ਇਸੇ ਕੰਟੈਕਸਟ ਦੇ ਵਿੱਚ ਵਿਦਬੀ ਕੰਟੈਕਸਟ ਦੇ ਵਿੱਚ ਵਿਦਬੀ ਦੇ ਸੰਦਰਭ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਰਾਏ ਕਰਾਂ ਨਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹੈ ਨਾ ਹੀ ਉਹ ਕਾਂਗਰਸ ਤੋਂ ਖੁਸ਼ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਲਕੁਲ ਖੁਸ਼ ਨਹੀਂ ਸੀ ਜਿਸੇ ਕਰਕੇ ਉਹਨਾਂ ਨੇ ਉਸ ਨੂੰ ਚੌਥੇ ਨੰਬਰ ਦੇ ਉੱਤੇ ਲਿਆ ਕੇ ਸਟੱਡ ਦਿੱਤਾ ਪਰ ਲੋਕ ਬਹੁਤ ਸਿਆਣੇ ਨੇ ਹਜੇ ਵੀ ਚਾਹੁੰਦੇ ਨੇ ਹਜੇ ਵੀ ਉਮੀਦ ਬਾਕੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਕਾਰਜਕਾਲ ਬਹੁਤ ਵਟਾਇਆ ਲੰਬਾ ਆ ਔਰ ਬਹੁਤ ਬਚਿਆ ਹੋਇਆ ਕਾਰਜਕਾਲ ਹੈ ਸੋ ਕੌਣ ਜਿਹੜਾ ਆ ਇਸ ਬੇਅਦਬੀ ਨੂੰ ਜਿਹੜਾ ਆ ਪ੍ਰਤੱਖ ਲੈ ਕੇ ਆਊਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਜਦੋਂ ਜਿਸੀ ਗੱਲ ਕਰੀਏ ਇੱਕ ਆਪਣਾ ਕੈਂਡੀਡੇਟ ਅੰਮ੍ਰਿਤਸਰ ਤੋਂ ਉਤਾਰਿਆ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਉਸ ਦੇ ਵਿੱਚ ਉਹ ਵਿਜੇ ਕੁਮਾਰ ਪ੍ਰਤਾਪ ਦੀ ਮੈਂ ਗੱਲ ਕਰ ਰਿਹਾ ਉਸ ਸਮੇਂ ਉਸ ਸਿੱਟ ਜਿਹੜੀ ਬਣੀ ਸੀਗੀ ਉਹਦੇ ਇੰਚਾਰਜ ਸੀਗੇ ਔਰ ਉਹ ਕਹਿੰਦੇ ਕਿ ਮੈਂ ਬੜੇ ਸਾਰੇ ਚਲਾਨ ਪੇਸ਼ ਕੀਤੇ ਨੇ ਔਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਪਰ ਜਦੋਂ ਦੀ ਸਰਕਾਰ ਬਣੀ ਹੈ ਵਿਜੇ ਕੁਮਾਰ ਪ੍ਰਤਾਪ ਹੁਣੀ ਨੇ ਚੁੱਪੀ ਸਾਤੀ ਹੋਈ ਹੈ ਇਸ ਮਸਲੇ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਸੀ ਲੋਕਾਂ ਨੂੰ ਉਮੀਦ ਸੀ ਉਹਨਾਂ ਤੋਂ ਉਹ ਉਹੀ ਚੜਾਇਆ ਹੈ ਕਿ ਉਸਦੇ ਉਲਟ ਹੋ ਰਿਹਾ ਫਿਲਹਾਲ ਉਮੀਦ ਹੈ ਦੁਨੀਆ ਕਾਇਮਾ ਮੈਂ ਅੱਗੇ ਵੀ ਕਹਿਣਾ ਕਿ ਉਦੋਂ ਮੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ ਉਮੀਦਾਂ ਬਹੁਤ ਸਾਰੀਆਂ ਨਾਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਉਂਕਿ ਹੈਲਥ ਐਜੂਕੇਸ਼ਨ ਟ੍ਰਾਂਸਪੋਰਟ ਔਰ ਉਸ ਤੋਂ ਇਲਾਵਾ ਜਸਟਿਸ ਜਿਹਨੂੰ ਨਿਆਂ ਕਹਿੰਦੇ ਨੇ ਉਸ ਦੀ ਵੀ ਉਮੀਦਵਾਜ਼ੀ ਰੱਖਦੇ ਆ ਅੱਗੇ ਵਾਅਦੇ ਤੇ ਐਸਵਾਈਐਲ ਮੁੱਦਾ ਜੇ ਹਰਿਆਣਾ ਦੀ ਗੱਲ ਕੀਤੀ ਜਾਵੇ ਜਾਂ ਪੰਜਾਬ ਦੀ ਗੱਲ ਕੀਤੀ ਜਾਵੇ 82 ਤੋਂ ਲੈ ਕੇ ਕਪੂਰੀ ਪਿੰਡਾਂ ਤੱਕ ਜਿਹੜਾ ਆ ਤੁਸੀਂ ਜੇ ਤੁਹਾਨੂੰ ਪਤਾ ਹੋਵੇਗਾ ਤੇ 82 ਦੇ ਵਿੱਚ ਇੱਕ ਬੜੇ-ਬੜੇ ਇਤਿਸ਼ਾਰ ਛਾਪਦੇ ਨੇ ਕਿ ਇਨੋਗਰੇਟ ਕੀਤਾ ਜਾਊਗਾ ਇਸ S Y L ਨੂੰ ਸਤਲੁਜ ਜਮਨਾ ਲਿੰਕ ਨਾਲ ਨੂੰ ਬੜਾ ਵੱਡਾ ਤੇ ਪੁਰਾਣਾ ਮੁੱਦਾ ਹੈ ਪੰਜਾਬ ਦੇ ਲਈ ਹੁਣ ਜਦੋਂ ਸੀਐਮ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਹਰਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਜਾਂ ਫਿਰ ਤਿਰੰਗਾ ਯਾਤਰਾ ਕੱਢਦੇ ਨੇ ਤੇ ਸਵਾਲ ਲਗਾਤਾਰ ਉਹਨਾਂ ਤੋਂ ਇਹੀ ਪੁੱਛਿਆ ਜਾ ਰਿਹਾ ਵੀ ਤੁਸੀਂ ਤਾਂ ਕਹਿੰਦੇ ਸੀਗੇ ਕਿ ਪੰਜਾਬ ਜਿਹੜਾ ਹੈ ਜਾਂ ਫਿਰ ਅਸੀਂ ਹਰਿਆਣਾ ਦੇ ਨਾਲ ਖੜੇ ਆਂ ਜੋ ਪੰਜਾਬ ਦੇ ਨਾਲ ਖੜੇ ਆਂ ਆਪਣਾ ਸਟੈਂਡ ਕਲੀਅਰ ਕਰ ਦੋ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੋਹਾਂ ਨੇ ਵਿਚਲਾ ਰਸਤਾ ਜਿਹੜਾ ਆ ਉਹ ਅਪਣਾ ਲਿਆ ਉਹ ਕਹਿੰਦੇ ਜੀ ਕਿ ਸਾਨੂੰ ਪਤਾ ਸੀ ਤੁਸੀਂ ਇਹੀ ਸਵਾਲ ਪੁੱਛੋਗੇ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਪ੍ਰਡਿਕਟੇਬਲ ਹੋ ਜਾਂਦਾ ਹੈ ਔਰ ਇਹ ਇੱਕ ਲੋਕਾਂ ਨੇ ਪੁੱਛਣਾ ਵੀ ਹੈ ਕਿਉਂਕਿ ਲੋਕ ਚਾਹੁੰਦੇ ਨੇ ਕਿ ਇਹ ਲੋਕ ਜਿਹੜੇ ਨੇ ਜਿਹੜੇ ਪੋਲਿਟਿਕਲ ਲੋਕ ਨੇ ਆਪਣਾ ਸਟੈਂਡ ਕਲੀਅਰ ਕਰ ਦੇਣ ਔਰ ਪੰਜਾਬ ਦਾ ਜਿਹੜਾ ਪੰਜਾਬ ਦੇ ਲਈ ਖੜੇ ਨੇ ਜਾਂ ਫਿਰ ਹਰਿਆਣਾ ਦੇ ਲਈ ਖੜੇ ਨੇ ਤਾਂ ਪਾਣੀ ਕਿਵੇਂ ਵੰਡਿਆ ਜਾਊਗਾ ਇਸ ਉੱਤੇ ਸਾਨੂੰ ਦੱਸ ਦੇਣਾ ਕਿਉਂਕਿ ਲੋੜ ਦੋਹਾਂ ਸਟੇਟਾਂ ਹੁਣ ਇਸ ਦੇ ਉੱਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਣਾ ਨੇ ਸਾਂਝਾ ਮਲਕ ਸਾਂਝਾ ਦਾ ਪ੍ਰਤੀਕਰਮ ਆਉਂ ਕਹਿੰਦੇ ਜੀ ਕਿ ਕੇਂਦਰ ਸਰਕਾਰ ਨੂੰ ਜਿਹੜਾ ਹੈ ਇਹਦੇ ਵਿੱਚ ਹਸ਼ਤ ਤੱਕ ਮਲਕ ਇੰਟਰਫੇਅਰ ਕਰਨਾ ਚਾਹੀਦਾ ਹੈ ਔਰ ਉਸ ਤੋਂ ਬਾਅਦ ਹੀ ਇਹ ਮਸਲਾ ਖਾਲ ਹੋਏਗਾ ਫਿਲਹਾਲ ਕੇਂਦਰ ਦੀ ਹੁਣ ਮਨਸ਼ਾ ਵੇਖਣੀ ਹੈ ਕਿ ਕੇਂਦਰ ਕੀ ਚਾਹੁੰਦਾ ਕਿਉਂਕਿ ਡਬਲ ਟੀਅਰ ਸਰਕਾਰ ਆ ਹੈ ਮਨੋਹਰ ਲਾਲ ਖੱਟਰ ਜੜੇ ਨੇ ਉਹ ਕਹਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਕਰੀਬ ਨੇ ਔਰ ਇਹ ਮਸਲਾ ਹੱਲ ਹੋ ਸਕਦਾ ਹੈ ਦੁਨੀਆ ਦਾ ਕੋਈ ਵੀ ਵੱਡਾ ਮਸਲਾ ਹੈ ਕੋਈ ਵੀ ਛੋਟਾ ਮਸਲਾ ਜੇਕਰ ਉਹ ਟੇਬਲ ਟॉक ਤੇ ਹੈ ਟੇਬਲ ਤੇ ਹੈ ਤੇ ਉਸ ਨੂੰ ਹੱਲ ਕੀਤਾ ਜਾ ਸਕਦਾ ਹੈ ਔਰ ਜੇਕਰ ਉਹ ਟੇਬਲ ਤੋਂ ਬਿਨਾ ਲੋਕਾਂ ਦੇ ਆਮ ਲੋਕਾਂ ਦੇ ਗਲਿਆਰਿਆਂ ਦੇ ਵਿੱਚ ਹੈ ਤੇ ਉਹ ਬਹੁਤ ਵੱਡੇ ਹਮਲਾਵਰ ਰੂਪ ਨੂੰ ਵੀ ਅਖਤਿਆਰ ਕਰ ਸਕਦਾ ਹੈ ਸੋ ਇਹ ਵੱਡੀ ਗੱਲ ਹੈ ਕਿ ਕੌਣ ਇਸ ਜੰਗ ਨੂੰ ਜਿੱਤੇਗਾ ਕਿਵੇਂ ਜਿੱਤੇਗਾ ਕਿਸ ਤਰੀਕੇ ਨਾਲ ਜਿੱਤੇਗਾ ਕਿਉਂਕਿ ਜਾਂ ਤਾਂ ਫਿਰ ਇਸ ਸਾਂਝੀ ਵਲਤਾ ਜਿਹੜੀ ਅੱਗੇ ਰਹੀ ਸੀ ਕਿਸਾਨੀ ਅੰਦੋਲਨ ਟਾਈਮ ਉਹ ਚੱਲੇਗੀ ਕਿ ਨਹੀਂ ਚੱਲੇਗੀ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਫਿਲਹਾਲ ਉਮੀਦ ਇਹ ਹੀ ਕਰਦੇ ਆ ਕਿ ਦੋਹੇ ਧਿਰਾਂ ਚਾਹੇ ਉਹ ਸੀਐਮ ਭਗਵੰਤ ਮਾਨ ਹੋਣ ਚਾਹੇ ਮਨੋਹਰ ਲਾਲ ਖੱਟਰ ਹਰਿਆਣਾ ਦੇ ਸੀਐਮ ਹੋਣ ਬੈਠ ਕੇ ਗੱਲ ਕਰ ਲੈਣ ਔਰ ਪਾਣੀ ਜੜਾ ਹੈ ਉਹ ਮਸਲਾ ਨਹੀਂ ਹੋਣਾ ਚਾਹੀਦਾ ਉਹਦੀ ਵੰਡਲ ਜਿਹੜੀ ਹੈ ਉਹ ਸੁਚੱਜੇ ਢੰਗ ਦੇ ਨਾਲ ਹੋ ਜਵੇ ਤਾਂ ਮੈਨੂੰ ਲੱਗਦਾ ਕਿ ਜਿਹੜਾ ਇਹ ਚੱਲਦਾ ਮਸਲਾ ਹੈ 1982 ਵਾਲਾ ਮਸਲਾ ਹੁਣ ਤੱਕ ਜਿਹੜਾ ਨਹੀਂ ਹੱਲ ਹੋਇਆ ਚਲੋ ਇਹ ਸਰਕਾਰ ਤੇ ਹੀ ਭਲੇ ਸਮੇਂ ਸਹੀਂ ਕਲੀਅਰ ਹੋ ਜਵੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਹੈ ਉਹ ਗੱਲ ਹੈਗੀ ਆ ਅੱਛਾ ਹੁਣ ਮੈਂ ਆਉਣਾ ਆ ਫਰੀਦਕੋਟ ਫਰੀਦਕੋਟ ਦੇ ਮਹਾਰਾਜੇ ਦੀ ਪ੍ਰਾਪਰਟੀ ਨੂੰ ਲੈ ਕੇ ਯਾਰ ਲਗਾਤਾਰ ਵਿਵਾਦ ਸੀਗਾ ਔਰ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਕੋਈ ਰਿਸਟਰ ਆ ਜਿਹੜੀ ਬੀਬੀ ਸੀਗੀ ਉਹਨਾਂ ਨੇ ਸੁਪਰੀਮ ਕੋਰਟ ਤੱਕ ਜਿਹੜੀ ਹੈ ਪਹੁੰਚ ਕਰ ਲਈ ਸੀਗੀ ਔਰ ਕਿਉਂਕਿ ਇਹ ਜਿਹੜੀ ਪ੍ਰਾਪਰਟੀ ਸੀਗੀ ਬਹੁਤ ਜ਼ਿਆਦਾ ਪ੍ਰਾਪਰਟੀ ਸੀਗੀ ਕੋਈ ਕਹਿ ਰਿਹਾ ਕਿ 43000 ਕਰੋੜ ਦੀ ਪ੍ਰਾਪਰਟੀ ਸੀਗੀ ਉਹ ਪ੍ਰਾਪਰਟੀ ਪੂਰੀ ਜਿਹੜੀ ਸੀ ਇਹ ਕਹਿੰਦੇ ਕਿ ਕਿਸੇ ਕਿਸੇ ਸੁਸਾਇਟੀ ਜਾਂ ਕਿਸੇ ਆਰਗੇਨਾਈਜੇਸ਼ਨ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਐਨਜੀਓ ਨੂੰ ਦੇ ਦਿੱਤੀ ਸੀ ਉਹਨਾਂ ਨੇ ਪਰ ਹੁਣ ਉੱਤੇ ਮਸਲਾ ਆ ਗਿਆ ਕਿ ਕਹਿੰਦੇ ਜੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਵੰਡੀ ਜਾਣੀ ਹੈ ਖਾਰਜ ਕਰ ਦਿੱਤਾ ਕੋਰਟ ਨੇ ਪਹਿਲਾ ਫੈਸਲਾ ਔਰ ਇਹ 43000 ਕਰੋੜ ਦੀ ਪ੍ਰਾਪਰਟੀ ਹੈ ਔਰ ਚਲੋ ਕਿਉਂਕਿ ਪੰਜਾਬ ਦੀਆਂ ਰਿਆਸਤਾਂ ਦੀ ਗੱਲ ਕਰੀਏ ਤਾਂ ਫਰੀਦਕੋਟ ਪਟਿਆਲਾ ਮਲੇਰ ਕੋਟਲਾ ਇਦਾਂ ਦੀਆਂ ਰਿਆਸਤਾਂ ਸੀ ਜਿੱਥੇ ਰਾਜੇ ਮਹਾਰਾਜਾ ਰਹੇ ਨੇ ਔਰ ਪੰਜਾਬੀ ਰਾਜੇ ਰਾਜ ਕਰਦੇ ਰਹੇ ਨੇ ਜ਼ਿਆਦਾਤਰ ਤੇ ਇਹਨਾਂ ਦੀਆਂ ਰਿਆਸਤਾਂ ਦੇ ਵਿੱਚ ਹੁਣ ਤੱਕ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦੀ ਵੀ ਵੰਡ ਜਿਹੜੀ ਹੈ ਉਹ ਖੋਖ ਪੜਤਾਲ ਕੇ ਸਹੀ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਇਹ ਪੰਜਾਬ ਦੀ ਖਬਰ ਦੇ ਵਿੱਚ ਮਿਲਾਂਦਾ ਬੜੀ ਅਹਿਮ ਖਬਰ ਹੈ ਕਿ 43000 ਜਿਹੜੀ ਪ੍ਰਾਪਰਟੀ ਹੈ 43000 ਦੀ ਪ੍ਰਾਪਰਟੀ ਜਿਹੜੀ ਹੈ ਉਹ ਮਿਲੇਗੀ ਉਹਨਾਂ ਦੇ ਲੋਕਾਂ ਨੂੰ ਜਿਹੜੇ ਲੋਕ ਚਾਹੁੰਦੇ ਨੇ ਕਿ ਉਹਨਾਂ ਨੂੰ ਪ੍ਰਾਪਰਟੀ ਮਿਲੇ ਹੁਣ ਮੈਂ ਦੁਆਰਾ ਪੰਜਾਬ ਅਪਡੇਟ ਦੇ ਵਿੱਚ ਸਾਦੂ ਸਿੰਘ ਧਰਮਸੋਤ ਤੇ ਆਸ਼ੂ ਦੋਸ਼ ਯਾਨੀ ਕਿ ਭਾਰਤ ਪੂਸ਼ਣ ਆਸ਼ੂ ਦੀ ਗੱਲ ਕਰਾਂਗਾ ਔਰ ਦੋਹੇ ਕੜੀਆਂ ਇਸ ਕਰਕੇ ਕਿਉਂਕਿ ਦੋਹੇ ਜਿਹੜੇ ਨੇ ਕਿਤੇ ਨਾ ਕਿਤੇ ਕਰਪਸ਼ਨ ਦੇ ਮਾਮਲੇ ਦੇ ਵਿੱਚ ਨੇ ਔਰ ਸਾਧੂ ਸੰਗ ਧਰਮ ਸੋਧੀ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ ਜੰਗਲਾਤ ਮਹਿਕਮੇ ਦੇ ਵਿੱਚ ਜਿਹੜੇ ਨੇ ਪਰ ਪਰ ਦਰਖਤ ਦੇ ਹਿਸਾਬ ਦੇ ਨਾਲ ਜਿਹੜੇ ਇਕਵਿਪਮੈਂਟਸ ਲਿਆਂਦੇ ਕੈਪ ਇਕਵਿਪਮੈਂਟਸ ਲਿਆਂਦੇ ਉਹਨਾਂ ਦੇ ਵਿੱਚੋਂ 500 ਰੁਪਇਆ ਪਰ ਦਰਖਤ ਦੇ ਹਿਸਾਬ ਦੇ ਨਾਲ ਲੈਣ ਦੇ ਇਲਜ਼ਾਮ ਸਕੇ ਉਧਰ ਭਾਰਤ ਪੂਸ਼ਣ ਆਸ਼ੂ ਹੁਣਾਂ ਦੀ ਗੱਲ ਕੀਤੀ ਜਾਵੇ ਤਾਂ ਜੁੜਾ ਕਹਿ ਰਹੇ ਜਾ ਰਿਹਾ ਕਿ ਟਰਾਂਸਪੋਰਟ ਜਿਹੜੀ ਸੀਗੀ ਫੂਡ ਤਾਂ ਉਹਨਾਂ ਕੋਲੇ ਸੀਗਾ ਜਿਹੜਾ 2 ਰੁਪਏ ਕਿਲੋ ਨਾਲ ਜ ਮਿਲਦਾ ਉਸੇ ਟਰਾਂਸਪੋਰਟ ਨੂੰ ਵੀ ਲੈ ਕੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਹਾਲਾਂਕਿ ਅ ਅੱਜਕੱਲ ਜਿਹੜੇ ਭਾਰਤ ਪੂਸ਼ ਨਾਸ਼ੂ ਨੇ ਉਹ ਜੇਲ੍ਹ ਦੇ ਵਿੱਚ ਹੀ ਨੇ ਅ ਔਰ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਹੁਣ ਪੀਏ ਤੱਕ ਵੀ ਜਿਹੜਾ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਖਗਾਲੀਆਂ ਜਾ ਰਹੀਆਂ ਨੇ ਮੈਂ ਉਸ ਦਿਨ ਵੀ ਤੁਹਾਨੂੰ ਦੱਸਿਆ ਸੀ ਕਿ ਕੋਈ ਨਾਮ ਜਿਹੜਾ ਜਿਹਦਾ ਇਨੀਸ਼ੀਅਲ ਕੋਈ ਕਹਿੰਦਾ ਐਨ ਤੋਂ ਸ਼ੁਰੂ ਹੁੰਦਾ ਕੋਈ ਕਹਿੰਦਾ ਕੇ ਤੋਂ ਸ਼ੁਰੂ ਹੁੰਦਾ ਉਸ ਦੀ ਕਹਿੰਦੇ ਜੀ ਕਿ ਕੋਈ ਇਨਵੈਸਟ ਇਨਵੈਸਟਰ ਆ ਜਿਹਦੀ ਬੜੇ ਵੱਡੇ ਲੀਡਰਸ ਦੇ ਨਾਲ ਨੈਸ਼ਨਲ ਲੈਵਲ ਦੇ ਲੀਡਰਸ ਦੇ ਨਾਲ ਬਹੁਤ ਮਣਦੀ ਆ ਔਰ ਉਸ ਦੇ ذریعے ਇਨਵੈਸਟ ਜਿਹੜਾ ਹੈ ਦੁਬਈ ਦੇ ਵਿੱਚ ਪਾਰਕਿੰਗ ਦੇ ਵਿੱਚ ਹੋਟਲਸ ਮੋਟਲਸ ਦੇ ਵਿੱਚ ਕੀਤਾ ਹੋਇਆ ਹੈ 2000 ਕਰੋੜ ਰੁਪਈਆ ਔਰ ਇਹ 2000 ਕਰੋੜ ਰੁਪਏ ਦਾ ਜਿਹੜਾ ਆ ਇੱਕ ਵੱਡਾ ਝਟਕਾ ਜਿਹੜਾ ਹੈ ਵੱਡਾ ਝਟਕਾ ਜਿਹੜਾ ਆ ਉਹ ਉਹ ਲਗਾਇਆ ਗਿਆ ਹੈ ਇਕਨੋਮੀ ਨੂੰ ਪੰਜਾਬ ਦੀ ਇਕਨੋਮੀ ਨੂੰ ਖਾਸ ਕਰਕੇ ਸੋ ਹੁਣ ਦੂਸਰੇ ਮੰਨੇ ਜੇ ਮੈਂ ਸਾਧੂ ਸਿੰਘ ਧਰਮ ਸੋਤ ਹੁਣਾਂ ਦੀ ਗੱਲ ਕਰਾਂ ਤੇ ਸਾਧੂ ਸਿੰਘ ਧਰਮ ਸੋਤ ਹੁਣੀ ਜੇਲ੍ਹ ਤੋਂ ਰਿਹਾ ਹੋ ਗਏ ਨੇ ਮਾਫਕਨਾ ਰਿਹਾ ਕਹ ਰਹੇ ਆ ਜ਼ਮਾਨਤ ਤੇ ਬਾਹਰ ਨੇ ਔਰ ਲਗਾਤਾਰ ਗਿਆਨ ਦਿੰਦੇ ਨਜ਼ਰ ਆ ਰਹੇ ਨੇ ਉਹ ਕਹਿੰਦੇ ਜੀ ਮੇਰਾ ਔਖਾ ਸਮਾਂ ਮੈਨੂੰ ਬਾਤ ਕੋਸ਼ਿਸ਼ ਕਰ ਦਿੱਤਾ ਅੱਛਾ ਮੈਂ ਸੋਚਦਾ ਸੀ ਕਿ ਇਹ ਔਖਾ ਸਮਾਂ ਸਖੌਲਾ ਤੇ ਬਹੁਤ ਹੈ ਪਰ ਐਡੀ ਜੇਤੀ ਇਹਨਾਂ ਦਾ ਧਰਮ ਪਰਿਵਰਤਨ ਕਿਵੇਂ ਹੋ ਸਕਦਾ ਹੈ ਕਰੋੜਾਂ ਰੁਪਏ ਪੰਜਾਬ ਦੇ ਖਾ ਕੇ ਲੱਖਾਂ ਕਰੋੜਾਂ ਰੁਪਏ ਲੁੱਟ ਕੇ ਜੋ ਉਸ ਤੋਂ ਬਾਅਦ ਅਸੀਂ ਕਹੀਏ ਕਿ ਅਸੀਂ ਨਹੀਂ ਕਰਨਾ ਤਾਂ ਫਿਰ ਮੈਨੂੰ ਲੱਗਦਾ ਕੰਪਨਸੇਟ ਤਾਂ ਨਹੀਂ ਹੋਣਾ ਪਤਾ ਨਹੀਂ ਕਿਹਦਾ ਤੁਸੀਂ ਢਿੱਡ ਤੇ ਕਿਹਦਾ ਹੱਕ ਮਾਰ ਲਿਆ ਪੰਜਾਬ ਜਿਹਨੂੰ ਅਸੀਂ ਕਹਿੰਨੇ ਸੀਗੇ ਕਿ ਸੋਨੇ ਦੀ ਚੜੀ ਆ ਤੁਸੀਂ ਉਹਨੂੰ ਚਾਂਦੀ ਦੀ ਵੀ ਨਹੀਂ ਰਹਿਣ ਦਿੱਤਾ ਸੋ ਫਿਰ ਇਹਨਾਂ ਗੱਲਾਂ ਦਾ ਕੋਈ ਮਕਸਦ ਨਹੀਂ ਹੈ 2000 ਕਰੋੜ ਰੁਪਇਆ ਆਸ਼ੂ ਦੇ ਕੇਸ ਦੇ ਵਿੱਚ ਗੱਲ ਕਰ ਰਹਾ ਮਤਲਬ ਇੰਨਾ ਤਾਂ ਅਸੀਂ ਸ਼ਾਇਦ ਕਦੇ ਆਪਣੇ ਜ਼ਿੰਦਗੀ ਦੇ ਵਿੱਚ ਕਦੀ ਦੇਖਿਆ ਵੀ ਨਾ ਹੋਵੇ ਜਾਣ ਵੀ ਨਾ ਸਕੀਏ ਕਿ ਉਹਦੇ ਵਿੱਚ ਕਿੰਨੀਆਂ ਜ਼ੀਰੋਆਂ ਹੁੰਦੀਆਂ ਆਮ ਲੋਕਾਂ ਨੂੰ ਪਤਾ ਵੀ ਨਾ ਹੋਵੇ ਇਹ ਉਹਨੇ ਵੱਡੇ ਵੱਡੇ ਕੋਟਾਲੇ ਕਰ ਦਿੰਦੇ ਨੇ ਔਰ ਜਦੋਂ ਇਹਨਾਂ ਨੂੰ ਫਿਰ ਇਹਨਾਂ ਦਾ ਸ਼ਿਕੰਜਾ ਕਾਸ ਹੁੰਦਾ ਤਾਂ ਫਿਰ ਆਪਣਾ ਰਸੂਕ ਬਹੁਤ ਤਰੀਕੇ ਨਾਲ ਵਰਤਦੇ ਨੇ ਜਦੋਂ ਇਹਨਾਂ ਨੂੰ ਏਡੀ ਨੇ ਇਹਨਾਂ ਤੋਂ ਪੁੱਛ ਗਏ ਇਸ ਲਈ ਇਹਨਾਂ ਨੂੰ ਫੜਿਆ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਵਿਜੀਲੈਂਸ ਵਾਲੇ ਜਦੋਂ ਪਹੁੰਚਦੇ ਆ ਤੇ ਫਿਰ ਕਿਸੇ ਸਲੂਨ ਦੇ ਵਿੱਚ ਆਪਣੀ ਆਪਣਾ ਆਈਕੋਨਿਕ ਸਟਾਈਲ ਮੇਨਟੇਨ ਕਰ ਰਹੇ ਸੀਗੇ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਹਾਂ ਉਹਦੀ ਦਾੜੀ ਜੜੀ ਬੜੇ ਆਈਕੋਨਿਕ ਸਟਾਈਲ ਆ ਆ ਇਹਦਾ ਲੱਗਦਾ ਕਿ ਉਹ ਕਲਰ ਨਹੀਂ ਕਰਦੇ ਔਰ ਸ਼ਕਲ ਤੋਂ ਬੜੇ ਸਾਧੂ ਜਿਹਾ ਲੱਗਦੇ ਜਿਵੇਂ ਉਹਨਾਂ ਦਾ ਨਾਮ ਭਾਰਤਪੂਸ਼ ਨਾਸ਼ ਹੋਇਆ ਐ ਲੱਗਦਾ ਕਿ ਬੜੇ ਹੀ ਸਟੀਕ ਬੜੇ ਹੀ ਪਿਓਰ ਬੰਦੇ ਨੇ ਪਰ ਉਸ ਦਾ ਮੇ ਡਰਾਮਾ ਹੁੰਦਾ ਹੈ ਔਰ ਜੇ ਉਥੇ ਦੀ ਐਮਪੀ ਦੀ ਗੱਲ ਕੀਤੀ ਜਾਵੇ ਲੁਧਿਆਣੇ ਦੀ ਤਾਂ ਕਾਂਗਰਸ ਦੀ ਐਮਪੀ ਰਵਨੀਤ ਬਿੱਟੂ ਹੋਣਾ ਨੇ ਵੀ ਖਲਲ ਪਾਈ ਹੈ ਹਾਲਾਂਕਿ ਬਿੱਟੂ ਸਾਹਿਬ ਦੇ ਉੱਤੇ ਤੇ ਹਲੇ ਤੱਕ ਕੁਝ ਨਹੀਂ ਹੋਇਆ ਹਾਲਾਂਕਿ ਵਿਜੀਲੈਂਸ ਕਹਿੰਦੇ ਸੀ ਕਿ ਅਸੀਂ ਜਿਹੜਾ ਸਰਕਾਰੀ ਕੰਮਾਂ ਦੇ ਵਿੱਚ ਖਲਲ ਪਾਉਣ ਦੇ ਲਈ ਉਹਨਾਂ ਦੇ ਉੱਤੇ ਮੁਕੱਦਮਾ ਕਰਾਂਗੇ ਕੇਸ ਕਰਾਂਗੇ ਪਰ ਅਜੇ ਤੱਕ ਉਸ ਉੱਤੇ ਕੋਈ ਵੱਡੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਪਰ ਹੁਣ ਦੇਖਣਾ ਇਹ ਹੈ ਕਿ ਇਹ ਲੋਕ ਜਿਹੜੇ ਨੇ ਇਹਨਾਂ ਦੀ ਸੁੱਖ ਰਸੂਖ ਰੱਖਣ ਵਾਲੇ ਲੋਕ ਇਹ ਬਹੁਤ ਉੱਪਰ ਤੱਕ ਜਾਂਦੇ ਨੇ ਬਹੁਤ ਉੱਪਰ ڈاک ਜਾ ਕੇ ਪਹੁੰਚ ਕਰਕੇ ਇਹ ਉਹਨਾਂ ਪ੍ਰਕਿਰਿਆਵਾਂ ਨੂੰ ਵੀ ਇੰਟਰਰਪਟ ਕਰ ਦਿੰਦੇ ਨੇ ਉਹਨਾਂ ਨੂੰ ਪਿੱਛੋਂ ਭੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੀਆਂ ਸਰਕਾਰੀ ਹੁੰਦੀਆਂ ਨੇ ਹੁਣ ਵੀ VIP ਟ੍ਰੀਟਮੈਂਟ ਨੇ ਸੋ ਆਪਣੇ ਆਪ ਦੇ ਵਿੱਚ ਇਹ ਇੱਕ ਵੱਡਾ ਕੇਸ ਹੈ ਔਰ ਜੇਕਰ ਇਹ ਸਾਬਤ ਹੁੰਦਾ ਹੈ ਕਿ ਵਾਕਿਆ ਇਨਵੈਸਟ ਹੋਇਆ ਕਿੱਦਾਂ ਹੋਇਆ ਕਿਸ ਤਰੀਕੇ ਨਾਲ ਹੋਇਆ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਨਾਲ ਇਸ ਤੋਂ ਵੱਡਾ ਧੋਖਾ ਕੋਈ ਹੋਰ ਨਹੀਂ ਹੋ ਸਕਦਾ ਹੁਣ ਗੱਲ ਕਰਦਾ ਹਾਂ ਪੰਜਾਬ ਦੇ ਇੱਕ ਹੋਰ ਮੁੱਦੇ ਦੀ ਜਿਹੜਾ ਕਿ ਅੱਜਕੱਲ ਬੜਾ ਚਰਚਿਤ ਮੁੱਦਾ ਰਿਹਾ ਚਰਚਿਤ ਮੁੱਦਾ ਇਸ ਕਰਕੇ ਆ ਕਿ ਅਸੀਂ ਲਗਾਤਾਰ ਪਹਿਲਾਂ ਦੇਖਿਆ ਸੀ ਕਿ ਗੁਰਦਾਸ ਮਾਨ ਸਾਹਿਬ ਜਿੰਨੂੰ ਅਸੀਂ ਮਾਂ ਬੋਲੀ ਦਾ ਮਾਣ ਵੀ ਕਹਿ ਕੇ ਬੁਲਾਉਂਦੇ ਸੀਗੇ ਉਹਨਾਂ ਨੂੰ ਬੜੀਆਂ ਸਾਰੀਆਂ ਤੰਗੀਆਂ ਦੇ ਵਿੱਚ ਗੁੜਛਣਾ ਪਿਆ ਪਰ ਅੱਜ ਕੱਲ੍ਹ ਤਾਂ ਲੱਗਦਾ ਕਿ ਡੈਮੇਜ ਕੰਟਰੋਲ ਕੀਤਾ ਜਾ ਰਿਹਾ ਇੱਕ ਨਵਾਂ ਟਰੈਕ ਉਹ ਲੈ ਕੇ ਆਏ ਨੇ ਜਿਹਦੇ ਵਿੱਚ ਉਹਨਾਂ ਨੇ ਆਪਣੀ ਉਹ ਵੀਡੀਓਗ੍ਰਾਫੀ ਤੁਸੀਂ ਦੇਖੋ ਆਪਣੇ ਆਪ ਨੂੰ ਬੜੇ ਸੋਹਿਰਦ ਆਪਣੇ ਆਪ ਨੂੰ ਵਿਕਟਮ ਦੱਸ ਕੇ ਉਸ ਉੱਤੇ ਵੀਡੀਓਗ੍ਰਾਫੀ ਵੀ ਹੋਈ ਹੈ ਪਰ ਗੁਰਦਾਸ ਮਾਨ ਸਾਹਿਬ ਉਹਨਾਂ ਦੀ ਗੱਲ ਜਿਹੜੀ ਹੈ ਉਹ ਇੱਥੇ ਨਹੀਂ ਖਤਮ ਹੁੰਦੀ ਹੈਗੀ ਕਿਉਂਕਿ ਉਸ ਸਮੇਂ ਭਾਜਪੀ ਦੀ ਇਕਲਹਿਰ ਚੱਲਦੀ ਸੀ ਕਿ ਅਸੀਂ ਇੱਕ ਨੈਸ਼ਨਲ ਲੈਂਗੁਏਜ ਬਣਾਉਣੀ ਹੈ ਹਾਲਾਂਕਿ ਜੇਕਰ ਸੀ ਇੰਡੀਅਨ ਕਨਸਟੀਟਿਊਸ਼ਨ ਦੀ ਗੱਲ ਕਰੀ ਜਾਵੇ ਤਾਂ ਸਾਡੇ ਕੋਲੇ ਕੋਈ ਲਿੰਕ ਲੈਂਗੁਏਜ ਦਾ ਕਨਸੈਪਟ ਨਹੀਂ ਹੈ ਕੋਈ ਕੋਈ ਵੀ ਆਪਣੀ ਮਾਂ ਬੋਲੀ ਨੂੰ ਆਪਣੀ ਜ਼ੁਬਾਨ ਨੂੰ ਘਟਾਉਣਾ ਨਹੀਂ ਚਾਹੁੰਦਾ ਇਸ ਕਰਕੇ ਕੋਈ ਨੈਸ਼ਨਲ ਲੈਂਗੁਏਜ ਦਾ ਕਨਸੈਪਟ ਨਹੀਂ ਹੈ ਸਾਡੇ ਕੋਲੇ ਬਾਈ ਲੈਂਗੁਏਜ ਜਿਹੜੀਆਂ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਦਰਜ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਸਾਰੀਆਂ ਕਨਸਟੀਟਿਊਸ਼ਨਲ ਲੈਂਗੁਏਜ ਨੇ ਸਾਰੀਆਂ ਸਾਡੀਆਂ ਰਾਸ਼ਟਰੀ ਲੈਂਗੁਏਜ ਨੇ ਉਸ ਸਮੇਂ ਕੈਂਪੇਨ ਸੀ ਬੀਜਪੀ ਦੇ ਵੱਲੋਂ ਕਿ ਅਸੀਂ ਹਿੰਦੀ ਨੂੰ ਇੱਕ ਇੱਕ ਇੰਟੀਗਰਲ ਇੱਕ 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 ਪੱਕੀ ਲੈਂਗੁਏਜ ਬਣਾ ਲਈਏ ਉਸੇ ਲਾਅ ਦੇ ਵਿੱਚ ਉਸੇ ਰੌਅ ਦੇ ਵਿੱਚ ਆ ਕੇ ਗੁਰਦਾਸ ਮਾਨ ਸਾਹਿਬ ਦੀਆਂ ਸਟੇਟਮੈਂਟਸ ਆਉਂਦੀਆਂ ਨੇ ਫਿਰ ਉਸ ਤੋਂ ਬਾਅਦ ਲੋਕ ਇਹਨਾਂ ਦੇ ਵਿਰੁੱਧ ਹੁੰਦੇ ਨੇ ਔਰ ਵਿਰਧ ਹੋਣ ਤੋਂ ਬਾਅਦ ਇਹ ਕਿਤੇ ਫੋਰਨ ਕੰਟਰੀ ਦੇ ਵਿੱਚ ਸ਼ੋ ਲਾਉਂਦੇ ਨੇ ਤੇ ਜਿੱਥੇ ਅਪੱਧੀ ਅਪਮਾਨਜਨਕ ਜਿਹੜੀ ਹੈ ਟਿੱਪਣੀ ਕਰ ਬੈਠਦੇ ਨੇ ਹੁਣ ਮੈਂ ਲੋਕ ਕਹਿੰਦੇ ਨੇ ਕਿ ਗਲਤੀ ਹੈ ਮaaf ਕਰ ਦੇਣੀ ਚਾਹੀਦੀ ਹੈ। ਵਾਕਈ ਗਲਤੀ ਹੈ ਚਲੋ ਇੱਕ ਗਲਤੀ ਮaaf ਕਰ ਦੇਣੀ ਚਾਹੀਦੀ ਹੈ। ਮੈਨੂੰ ਵੀ ਇਹ ਲੱਗਦਾ ਹੈ ਕਿ ਮੂਵ ਔਨ ਹੋ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਬੜੇ ਸੋਹਣੇ ਚੰਗੇ ਗੀਤ ਵੀ ਦਿੱਤੇ ਨੇ। ਪਰ ਗਲਤੀ ਕਿਤੇ ਨਾ ਕਿਤੇ ਦੋਹਾਂ ਪੱਖੋਂ ਤੋਂ ਹੈ। ਜਿਸ ਮਾਂ ਬੋਲੀ ਨੇ ਸਾਨੂੰ ਸਾਰਾ ਕੁਝ ਦਿੱਤਾ ਹੋਵੇ ਅਸੀਂ ਪੋਲੀਟਿਕਲੀ ਪ੍ਰੈਸ਼ਰ ਦੇ ਵਿੱਚ ਆ ਕੇ ਜੇਕਰ ਉਹਦੇ ਉਸ ਨੂੰ ਡਿਸਮਿਸ ਕਰਕੇ ਦੂਸਰੀਆਂ ਸਟੇਟਮੈਂਟਸ ਦਿੰਦੇ ਰਹੀਏ। ਹਾਲਾਂਕਿ ਤੁਸੀਂ ਵੈਸੇ ਕਹਿ ਦੋ ਕਿ ਦੋਹੇ ਲੈਂਗੁਏਜਸ ਬਰਾਬਰ ਨੇ ਸਾਨੂੰ ਸਤਿਕਾਰ ਕਰਨਾ ਚਾਹੀਦਾ। ਤੁਸੀਂ ਅੱਗੇ ਕਹਿੰਦੇ ਵੀ ਨਹੀਂ ਆਏ ਹੋ। ਤਾਂ ਲੋਕ ਪਰ ਜਦੋਂ ਉਸ ਸਮੇਂ ਕੈਂਪੇਨ ਚੱਲਦੀ ਹੋਵੇ ਕਿਸੇ ਪੋਲੀਟੀਕਲ ਪਾਰਟੀ ਦੀ ਔਰ ਤੁਸੀਂ ਉਸ ਦੇ ਮੌਕੇ ਤੇ ਚੌਕਾ ਮਾਰਨ ਦੀ ਕੋਸ਼ਿਸ਼ ਕਰੋ ਤਾਂ ਫਿਰ ਮਾਨ ਸਾਹਿਬ ਉਹ ਵੀ ਗਲਤ ਸੀਗੀ ਫਿਰ ਉਸ ਤੋਂ ਬਾਅਦ ਜਿਹੜੀ ਇਹ ਗੱਲ ਨਿਕਲਦੀ ਹੈ ਤੁਸੀਂ ਬੰਦੇ ਨੂੰ ਉਨਾ ਕੀ ਬੰਦਾ ਸਮਝੋ ਮਤਲਬ ਕਿਸੇ ਨੂੰ ਰਾਵਣਾ ਸਮਝੋ ਕਿਉਂਕਿ ਸਾਡੀ ਵੀ ਗਲਤੀ ਹੈ ਕਿ ਅਸੀਂ ਆਰਟਿਸਟਸ ਨੂੰ ਨਾ ਜਿਵੇਂ ਤੇ ਉਹ ਗਾਣੇ ਗਾਉਂਦਾ ਸੀ ਉਵੇਂ ਦਾ ਸਮਝਣ ਲੱਪੇ ਨੇ ਬੜੀਆਂ ਸਨੀ ਐਗਜ਼ਾਮਪਲ ਆ ਨੂਬ ਜਲੋਟਾ ਦੀ ਗੱਲ ਕਰ ਲੋ ਉਹਦੀ ਜਿਹੜੀ ਪਰਸਨਲ ਲਾਈਫ ਬੜੀ ਕੁਝ ਹੋਰ ਸੀ ਅਸੀਂ ਉਹਨੂੰ ਦੇਵਤਾ ਸਮਝਦੇ ਰਹੇ ਆ ਏਦਾਂ ਹੀ ਸਾਨੂੰ ਲੋਕ ਨੂੰ ਸਿਰਫ ਉਹਦੀ ਕਲਾ ਤੱਕ ਸਮ ਸੀਮਤ ਰੱਖਣਾ ਚਾਹੀਦਾ ਨਾ ਕਿ ਉਹਦੇ ਨਾਲ ਰਿਸ਼ਤੇਦਾਰੀਆਂ ਪਾਲਣੀਆਂ ਚਾਹੀਦੀਆਂ ਉਹ ਦੂਸਰੇ ਬੰਨੇ ਫਿਰ ਗੁਰਦਾਸ ਮਾਨ ਸਾਹਿਬ ਨੂੰ ਵੀ ਲੱਗਦਾ ਸੀ ਕਿਉਂਕਿ ਉਹਨਾਂ ਨੇ ਸਾਰੀ ਉਮਰ ਆਪਣੇ ਆਪ ਦਾ ਸਾਦਾ ਸਰਵਰਾ ਤੇ ਬੜਾ ਹੀ ਆਈਡਿਅਲਿਸਟਿਕ ਵੇ ਸਾਨੂੰ ਦਿਖਾਇਆ ਤੇ ਉਹਨਾਂ ਦੀ ਵੀ ਗਲਤੀ ਹੈ ਪਰ ਫਿਲਹਾਲ ਮੇਰਾ ਸਵਾਲ ਜਾਂ ਮੇਰੀ ਗੱਲ ਇਹ ਹੈ ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਹੁਣ ਇਸ ਨੂੰ ਕਿਵੇਂ ਲੈਂਦੇ ਹੋ ਕਿਉਂਕਿ ਫਿਲਹਾਲ YouTube ਤੋਂ ਕਾਫੀ ਪੈਸਾ ਵੀ ਕਮਾ ਰਹੇ ਨੇ ਕਿਉਂਕਿ ਬੜੇ ਲੋਕ ਦੇਖ ਰਹੇ ਨੇ ਕਸਟਮ ਕਸਟਮ ਦੇ ਵਿੱਚ ਆ ਕੇ ਵੀ ਖੈ ਕੀ ਆ ਇਸੇ ਦੇ ਨਾਲ ਮੈਂ ਚੱਲਦਾ ਤੁਸੀਂ ਦੇਖਦੇ ਰਹੋ ਪੰਜਾਬ ਮੇਲ ਯੂਐਸਟੀਵੀ ਸੱਤ ਸ੍ਰੀ ਅਕਾਲ